show mercy on it. Hello, 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 guys. ਨਹੀਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜੀ ਗੱਲ ਦੋ ਕਰਨੀਆਂ ਨੇ। ਪਹਿਲੀ ਗੱਲ ਪਹੁੰਚ ਚੁੱਕੇ ਨੇ ਅੱਜ ਇੱਧਰ ਅਜਗਰ ਵੈਲੀ। ਵੈਲੀ ਜੀ, ਅਜਗਰ ਜੀ ਜਾ ਕੇ ਬਿਲਡਿੰਗ ਕਰ ਲਾ। ਵਿਰਕ, ਅਮਲੀ ਵਿਰਕ ਜੀ, ਡੀ ਨੇਟ ਜੀ ਆ ਗਏ ਨੇ। ਡੀ ਨੇਟ, ਡੀ ਨੇਟ ਜੀ। ਤੇ ਫਿਰ ਉਧਰ ਤਾਤਾ ਜੀ, ਮੈਂ ਰਹਿ ਗਿਆ ਕਰਨ ਤੋਦਲਾ। ਸੋਜਲਾ, ਸੋਜਲਾ, ਹੋਰ ਆਪ ਖਾ ਲਾ ਪਾਣੀ। ਬਰਫ ਲੈ ਗਏ ਸਾਡੇ ਆਈਫੋਨ ਵਾਸਤੇ, ਬਰਫਾਂ ਡੀ ਨੇਟ ਜੀ ਲੈ ਗਏ ਬਰਫ ਅਮਲੀ ਵਿਰਕ ਵਾਸਤੇ। ਬੜੀ ਅਫਸੋਸ ਵਾਲੀ ਗੱਲ ਹੈ। ਤੁਸੀਂ ਵੀ ਐਨਕਾ ਲਾ ਲਓ ਗਾਈਸ, ਐਨਕਾ ਥੱਲੇ ਪਈ। ਮੈਂ ਅੱਜ ਤੁਹਾਡੇ ਰੂਬਰੂ ਗਾਣਾ ਕਰਨ ਜਾ ਰਿਹਾ ਤੇ ਪੋਰਨ ਵਾਲੇ ਪੋੜ ਜਾਂਦੇ ਓਕਣ ਕਰਦੇ ਯਾਰ ਹੀ ਬਣਾਏ ਪਹਿਲੇ ਦਿਨ ਤੋਂ ਤਰਾ ਨੂੰ ਸ਼ੌਂਕ ਹਥਿਆਰਾਂ ਦਾ ਨਾਰਾਂ ਦਾ ਨਾਰਾਂ ਦਾ ਯੋ ਯੋ ਵੱਟਾ ਰੈਪਰ ਅਰਜਨ ਗੈਲੀ, ਅਰਜਨ ਗੈਲੀ, ਅਰਜਨ ਗੈਲੀ, ਸੋਜਲਾ, ਅਰਜਨ, ਅਰਜਨ ਗੈਲੀ, ਸੋਜਲਾ, ਅਜਗਰ ਵੈਲੀ, ਟੈਮੂ ਟੋਲ, ਡਰਮਾ ਡੋਲ, ਨਹੀਂ ਦੋ ਅਰਜਨ ਢਿੱਲੋ ਦਿਹਾੜੀ ਤੇ ਪੜਨਾ ਬੰਨ ਕੇ ਆਇਆ ਮੁੰਡਾ ਅਰਜਨ ਢਿੱਲੋ, ਲੁੱਕ ਬਦਲ ਲਈ ਹੈ ਤੇ ਉਧਰ ਕਰਨ ਔਜਲਾ ਦਿਹਾੜੀ ਤੇ। ਵਾਹ ਜੀ ਵਾਹ, ਪੜਨਾ ਬੰਨ ਗਿਆ। ਅੱਛਾ ਠੇਕੇਦਾਰ ਜੀ, ਮੈਂ ਠੇਕੇਦਾਰ ਤੇ ਆ ਕਰ ਛੋੜੂ ਇੱਕ ਕੱਪ ਚਾ ਟੱਟੀ ਮੇਰੀ ਖਾ। ਹਾ ਹਾ ਬੜਾ ਡਰਦਾ ਮੁੰਡਾ, ਕਹਿੰਦੇ ਬਾਲਾ ਡਰਦਾ। ਸਤਿ ਸ੍ਰੀ ਅਕਾਲ ਜੀ ਸਾਰਿਆਂ, ਨਵੇਂ ਵਲੌਗ ਵਿੱਚ ਕਰਦੇ ਹਾਂ ਸਵਾਗਤ। ਕੰਮ ਕਰ ਲਾ ਕੰਮ, ਸਾਰਾ ਬੈਠਾ ਰਹਿੰਦਾ ਉਰੇ, ਸਵੇਰ ਦਾ ਲੇਟਣ ਲੱਗਿਆ ਹੋਇਆ ਉਰੇ। ਤੁਸੀਂ ਕਹਿੰਦੇ ਝੂਠ ਬੋਲਦਾ ਬਈ।
ਆਪਾਂ ਖੈੜ ਆ ਜਾਂਦਾ ਮੋਹਾਲੀ ਚੰਡੀਗੜ੍ਹ ਦਾ ਜਿਹੜਾ ਮੇਨ ਰੋਡ ਜਾਂਦਾ। ਜੇ ਕੋਈ ਵੀ ਆਪਣਾ ਸਬਸਕ੍ਰਾਈਬਰ ਜਾਂਦਾ ਇੱਧਰ ਨੂੰ, ਕੋਈ ਵੀ ਆਪਣਾ ਸਬਸਕ੍ਰਾਈਬਰ ਜਾਂਦਾ ਚੰਡੀਗੜ੍ਹ ਨੂੰ ਤਾਂ ਸਾਨੂੰ ਦੇਖ ਕੇ ਜ਼ਰੂਰ ਲੰਘਿਓ, ਹੈਲੋ ਹਾਏ ਬਾਏ ਕਰਕੇ ਜ਼ਰੂਰ ਲੰਘਿਓ। ਅਤੇ ਆਹ ਸ਼ੈੱਡ ਪਾ ਰਹੇ ਹਾਂ ਅਸੀਂ, ਇਹ ਸ਼ੋਰੂਮ ਬਣ ਰਿਹਾ, ਇਹ ਥੱਲੇ ਪਾਰਕਿੰਗ ਆ ਮੇਰੇ ਖਿਆਲ, ਜਿੰਨਾ ਕੁ ਮੈਨੂੰ ਮੈਪ ਸਮਝ ਲੱਗਿਆ ਪਾਰਕਿੰਗ ਆ, ਪਾਰਕਿੰਗ ਦਾ ਸ਼ੈੱਡ ਪਾ ਰਿਹਾ। ਇਹ ਲੱਭੂ ਸਵੇਰ ਦਾ ਆਪਣਾ ਇੱਕਣੇ ਘੁੰਮਦਾ ਫਿਰੀ ਜਾਂਦਾ, ਇਹਨੂੰ ਸ਼ਰਮ ਨਹੀਂ ਆਉਂਦੀ ਇਹਨੂੰ। ਅਤੇ ਬਾਈ ਨੇ ਇੰਸੂਲੇਸ਼ਨ ਲਾਇਆ ਥੱਲੇ, ਇੰਸੂਲੇਸ਼ਨ ਦੇ ਉੱਤੇ ਸ਼ੀਟ ਪਵਾਈ ਆ, ਬਿਕੋਜ਼ ਜੇ ਇੰਸੂਲੇਸ਼ਨ ਥੋੜ੍ਹਾ ਜਿਹਾ ਹੀਟ ਨੂੰ ਅਬਜ਼ਰਵ ਕਰ ਲੈਂਦਾ, ਘੱਟ ਘਟਾਉਂਦਾ ਮਤਲਬ। ਅਤੇ ਜਿਹੜਾ 25-30 ਫੁੱਟ ਆ, 25-30 ਹਾਂ ਇੰਨਾ ਕੁ, ਬਸ ਕੀ ਦਿਖਾਉਣਾ। ਇੱਧਰ ਉਹ ਸਾਹਮਣੇ ਆਪਣੀਆਂ ਅੰਬੀਆਂ ਲੱਗੀਆਂ, ਜਿੱਦਣ ਅੰਬ ਕੱਟਿਆ ਅਸੀਂ, ਜਿੱਦਣ ਅੰਬ ਕੱਟਿਆ ਉੱਦਣ ਅਸੀਂ ਬੋਰੀ ਭਰ ਕੇ ਘਰ ਨੂੰ ਲੈ ਗਏ, ਘਰਾਂ ਜਾ ਕੇ ਚਾਰ ਪਾਤਾ, ਚਟਨੀ ਪਾਤੀ, ਬਾਰੇ ਨਿਆਰੇ ਹੋ ਗਏ। ਨਹੀਂ ਹਜੇ ਚੰਡੀਗੜ੍ਹ ਧੋਣੇ ਤੇ ਅੰਬ ਬਾਗਾਂ ਚੋਂ, ਕਿਆ ਤੈਨੂੰ ਬਾਹਲਾ ਪਤਾ, ਕਿਹਨੇ ਦੱਸਿਆ? ਮਾਲਕ ਨੇ। ਓ ਮਾਈ ਗਾਡ, ਅੰਬ ਲਾ ਕੇ ਕਬਜ਼ਾ ਕਰਿਆ ਜ਼ਮੀਨ ਤੇ, ਨਵੀਂ ਬ੍ਰੇਕਿੰਗ ਨਿਊਜ਼, ਤੁਸੀਂ ਕੰਮ ਦੇਖੋ ਹੁੰਦਾ। ਜਿਹੜੀ ਆਹ ਜਿਹੜੀ ਆ ਉਹ ਹੈ ਨਾ ਆਪਣੀ ਸ਼ੀਟ, ਤਪਦੀ ਬਹੁਤ ਆ ਬਾਈ, ਸਾਨੂੰ ਪਤਾ ਕਿਵੇਂ ਪਾ ਰਹੇ ਹਾਂ, ਇਸ ਕਰਕੇ ਬਾਈ ਨੇ ਇੰਸੂਲੇਸ਼ਨ ਜਿਹੜਾ ਲਵਾਇਆ, ਇਹ ਬਬਲ ਸ਼ੀਟ ਲਵਾਈ ਆ, ਜਿਸ ਕਰਕੇ ਹੀਟ ਥੋੜ੍ਹੀ ਬਹੁਤੀ ਕਮੀ ਆਊ, ਇੰਨਾ ਵੀ ਠੰਡਾ ਨਹੀਂ ਰਹਿਣਾ, ਠੀਕ ਆ ਮਤਲਬ ਸਹੀ ਰਹੂਗਾ। ਲਾਲੀ ਬਾਈ ਕਿੰਨਾ ਕੁ ਫਰਕ ਪੈ ਜਾਂਦਾ ਇਹਦੇ ਨਾਲ, ਕਾਸਾ ਪੈ ਜਾਂਦਾ ਨਾ। ਹਾਂ ਹਾਂ ਅੱਛਾ, ਉਹ ਉੱਪਰ ਉਹ ਲਾ ਦੇਣੇ, ਪੱਖੇ ਵੀ ਲਾ ਦੇਣੇ, ਕਹਿੰਦੇ ਆ ਲਾਉਣੇ ਆ ਪੱਖੇ ਵੀ, ਕਹਿੰਦੇ ਲਾਉਣੇ, ਉਹ ਵੀ ਲਾਵਾਂਗੇ, ਪੱਖੇ ਵੀ ਲਾਵਾਂਗੇ। ਇਹ ਵਲੌਗ ਬਾਹਲਾ ਬੜਾ ਨਹੀਂ ਆਉਣਾ, 2-3 ਮਿੰਟ ਦਾ ਆਉਣਾ, ਅੱਜ ਮੈਂ ਘਰਾਂ ਜਾ ਕੇ ਐਡਿਟ ਕਰਕੇ ਪਾ ਦੇਣਾ, ਬਾਹਲਾ ਖੇਚਲ ਖੇਚਲ ਕਰਨੀ ਨਹੀਂ। ਜੇ ਮੈਂ ਥੱਲੇ ਦਿਖਾਵਾਂ ਥੱਲੇ ਤਾਂ ਥੋੜ੍ਹਾ ਔਖਾ। ਆ ਬਾਈ ਪਾ ਰਹੇ ਹਾਂ, ਰੋਹਨ ਭਾਈ ਰੋਹਨ ਲਾ ਦੇ ਪੇਜ, ਅੱਜ ਨਾ ਰਹਿ ਜਾਵੇ ਕੋਈ, ਥੱਲੇ ਨੂੰ ਕਰਨੀ ਹੈ, ਠੀਕ ਆ। ਮੈਂ ਇੱਧਰ ਵੀਡੀਓ ਬੰਦ ਕਰਤੀ ਯਾਰ, ਆਈਫੋਨ ਇਹਦੀ ਸਟੋਰੇਜ ਭਰ ਗਈ ਯਾਰ, ਇਹ ਵਰਕਸ਼ਾਪ ਆ ਬਾਈ, ਟਰਾਲੀਆਂ ਚ
ਟੇਪਰ ਟਰਾਲੇ ਟਰੈਕਟਰ ਨਹੀਂ ਬਣਾਏ ਜਾਂਦੇ, ਟਰੈਕਟਰ ਨਹੀਂ ਬਣਾਏ ਜਾਂਦੇ, ਟੈਂਕੀਆਂ ਆਹ ਭਾਈ ਦੱਸੂਗਾ, ਆਹ ਭਾਈ ਦੱਸੂਗਾ ਪੂਰਾ ਭਾਈ ਦੱਸ ਦੇ ਫਿਰ ਕੀ ਕੀ ਬਣਦਾ ਇਹਨੇ ਬਣਾਇਆ ਹੋਇਆ ਸਾਰਾ ਕੁਛ ਦੱਸ ਦੇ ਫਿਰ ਲੈ ਤਾਂ ਮੁੱਕਰ ਗਿਆ ਯਾਰ ਇਹ ਗੱਲ ਗਲਤ ਆ ਤੇਰੀ ਟੈਂਕੀਆਂ ਟਰੈਕਟਰ ਸਾਰਾ ਕੁਛ ਬਣਾਇਆ ਜਾ ਰਿਹਾ ਤੇ ਟਰੈਕਟਰ ਨੀ ਸੋਰੀ ਮੈਂ ਫੇਰ ਟਰੈਕਟਰ ਕਹਿਤਾ ਉਹ ਟਰਾਲੀ ਤਿਆਰ ਹੋ ਰਹੀ ਆ ਇਹ ਆਹ ਟਰਾਲੀ ਤਿਆਰ ਹੋ ਰਹੀ ਆ ਬਾਈ ਚ ਕਰਦਾ ਪੇਂਟ ਤੇ ਉਹ ਟੈਂਕ ਤਿਆਰ ਕਰੇ ਆ ਪਾਣੀ ਵਾਲੇ ਟੱਟੀ ਵਾਲੇ ਵੀ ਕਹਿ ਸਕਦੇ ਹਾਂ ਆਪਣਾ ਫੋਨ ਹੋ ਗਿਆ ਭਾਈ ਹੀਟ iPhone needs to cool down before you can use it. ਯਾਰ ਆਹ ਬੜੀ ਉਹ ਪਹਿਲਾਂ ਤਾਂ ਅਸੀਂ ਬਰਫ਼ ਲਾ ਲਾ ਕੇ ਇਹਨੂੰ ਸਹੀ ਕਰਦੇ ਰਹੇ ਤੂੰ ਚਲਾਇਆ ਮੈਂ ਕੈਮਰਾ ਚਲਾਉਣ ਡਿਆ ਤਾਂ ਗਰਮ ਹੋਇਆ ਉਹ ਨਾਲੇ ਤੁਹਾਨੂੰ ਇੱਕ ਜਾਣਕਾਰੀ ਦਵਾਂ ਜਦ ਵੀ ਆਹ ਸੀਟ 'ਤੇ ਚੜ੍ਹਦੇ ਹੁੰਦੇ ਹਾਂ ਇਹਦੇ ਪਰ ਪੈਰ ਨਹੀਂ ਰੱਖਣਾ ਜੇ ਇਹਦੇ ਪਰ ਪੈਰ ਰੱਖੋਗੇ ਪਤਾ ਕੀ ਹੁੰਦਾ ਉੱਧਰ ਗਈ ਉਹ ਸੀਟ ਉਹ ਯਾਰ ਉਰੇ ਬਥੇਰੇ ਹੋਏ ਹੋਏ ਆ ਫਿਰ ਆਹ ਚੀਜ਼ ਆਹ ਪੈਂਡ ਪੈ ਜਾਂਦਾ ਬਾਕੀ ਮੌਸਮ ਹੁਣ ਸਹੀ ਹੋਇਆ ਜੇ ਅਸੀਂ ਤੁਹਾਨੂੰ ਦੁਪਹਿਰੇ ਦਿਖਾਉਂਦੇ ਦੁਪਹਿਰੇ ਤਾਂ ਲਗਭਗ ਸਾਡੇ ਫੋਨ ਹੀਟ ਹੋ ਹੀ ਜਾਂਦੇ ਤੇ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਲੋਟ ਹੋ ਗਿਆ ਹੋ ਗਿਆ ਲੋਟ ਹੋ ਗਿਆ ਹੋ ਗਿਆ ਲੋਟ ਉਹ ਆ ਕੈਪ ਕੱਟ ਚ ਦੇਖੋ ਵੀਡੀਓ ਬਣ ਰਹੀਆਂ ਤੀ ਕਿਆ ਪਤਾ ਦਿਖ ਰਹੀ ਹੋਗੀ ਐਡੀਟਿੰਗ ਕਰ ਰਿਹਾ ਤਾਂ ਮੈਂ ਦੇਖੋ ਤੁਹਾਡੇ ਕੀ ਵਿਚਾਰ ਆ ਕੀ ਵਿਚਾਰ ਆ ਫੋਨ ਬਦਲਣਾ ਫੋਨ ਬਦਲਣਾ ਕਿਹੜਾ ਲੈ ਰਹੇ ਆ ਹੈ ਗਾੜੀਆਂ ਲਾ ਰਹੇ ਆ ਫੋਨ ਬਦਲੀਏ ਅੱਛਾ ਤਾਂ ਹੀ ਹੋਰ ਕੰਮ ਨੂੰ ਨਾ ਲਾਇਓ ਕੰਮ ਵੀ ਸਿੱਖ ਰਹੇ ਸਿੱਖ ਲਓ ਹਾਂ ਐਂ ਸਿੱਖ ਰਹੇ ਆ ਠੀਕ ਆ ਠੀਕ ਆ ਠੀਕ ਆ ਕਾਫੀ ਵਧੀਆ ਬਾਤ ਆ ਸਿੱਖਣਾ ਚਾਹੀਦਾ ਸਾਰਿਆਂ ਨੂੰ ਇਹ ਇੱਕ ਐਕਣ ਰੋਲ ਬਣ ਕੇ ਆਉਂਦਾ ਜਿਹੜੀ ਬਬਲ ਫੋਇਲ ਆਉਂਦੀ ਆ ਇਹ ਜਿਹੜੀ ਇਨਸੂਲੇਸ਼ਨ ਸ਼ੀਟ ਆਉਂਦੀ ਆ ਹੈ ਆਹ ਟੋਟਾ ਜੀ ਇਹ ਟੋਟਾ ਇਹ ਲੈ ਲਈ ਘਰ ਨੂੰ ਲੈ ਜੀ ਐਂ ਕਹਿੰਦਾ ਮੈਂ ਅਤੇ ਇਹ ਐਡਾ ਨਹੀਂ ਇਹ ਬਹੁਤ ਬੜਾ ਹੁੰਦਾ ਹੈ ਜੇ ਅਸੀਂ ਥੱਲੇ ਜਾਊਂਗੇ ਥੱਲੇ ਦਿਖਾ ਦਾਂਗੇ ਹੁਣ ਕੀ ਕਰਨਾ ਹੁਣ ਨਾ ਪੈ ਤਾਂ ਗਈਆਂ ਕਟਿੰਗ ਹੋ ਹੁਣ ਉਹ ਸੀਟਾਂ ਦੀ ਕਟਿੰਗ ਜਿਹੜਾ ਇਹ ਸ਼ੈੱਡ ਤਾਂ ਬਹੁਤ ਕਾਣ 'ਚ ਤਾ ਇੱਧਰੋਂ ਐਂ ਇੱਧਰੋਂ ਐਂ ਟੇਪਰ ਆਉਂਦਾ ਇੱਧਰ ਨੂੰ ਐਂ ਟੇਪਰ ਜਗ੍ਹਾ ਥੋੜ੍ਹੀ ਜਿਹੀ ਇਹੋ ਜਿਹੀ ਉਹਦੀ ਜੇ ਤਾਂ ਹੋਰ ਗੱਲਾਂ ਨਹੀਂ ਬਣਦੀਆਂ ਉੱਥੇ ਸ਼ੈੱਡ ਵਾਲੇ ਬਣਾ ਦਿੰਦੇ ਕਹਿੰਦੇ ਤੇਰਾ ਤੇਰਾ ਨਾ ਨਾ ਤੇਰਾ ਫੋਨ ਵੀ ਗਰਮ ਹੋਣੇ ਵਾਲਾ ਮੈਨੂੰ ਲੱਗਿਆ ਫੜ ਫੀਤਾ ਫੜ
ਕੋਨੇ ਤੋਂ ਫੜ ਲਈ ਕੀਤਾ ਪੂਰਾ ਨਹੀਂ ਆਉਂਦਾ ਮੈਨੂੰਗਾ ਉਹ ਪੰਜ ਮੀਟਰ ਦਾ ਪੀਤਾ ਪੂਰਾ ਨਹੀਂ ਆਉਂਦਾ ਕਈ ਵਾਰ ਤੁਸੀਂ ਸੋਚਦੇ ਹੋਗੇ ਕੀ ਦਿਖਾਈ ਜਾਂਦਾ ਦਿਖਾਉਣਾ ਤਾਂ ਕੀ ਆ ਮੈਂ ਹੋਰ ਤਾਂ ਮੇਰੇ ਕੋਈ ਸ਼ਬਦ ਬੋਲ ਕੁਛ ਹੈ ਨਹੀਂ ਇਹ ਆਦੀ ਦਾ ਪਲੇਟ ਪਿਆ ਯਾ ਬੇਬੀ ਗੋ ਯਾ ਬੇਬੀ ਗੋ ਕੱਲੇ ਨਹੀਂ ਦਿਖਾ ਰਹੇ ਦੋਸਤੋ ਅਰਜਨ ਵੈਲੀ ਅਜਗਰ ਵੈਲੀ ਕਰਨ ਸੋਜਲਾ ਥੋਡਾ ਅਮਲੀ ਵਿਲਕ ਅਮਲੀ ਵਿਲਕ ਸਾਡੇ ਦਰਮਿਆਨ ਪਹੁੰਚ ਰਹੇ ਨੇ ਹੋਮ ਹੋਮ ਨੇਟ ਹੋਮ ਨੇਡ ਤਾਤਾ ਜੀ ਤਾਤਾ ਜੀ ਤਾਤਾ ਜੀ ਸਾਲੇ ਦੀ ਤੇ ਬਾਤ ਦੀ ਤੇ ਤਿੰਨ ਤੇ ਤੁਰੀ ਤੂੰ ਤੂੰ ਦਾ ਜੀ ਨਾਲ ਦਾ ਆਪਣਾ ਗਾ ਉਹ ਤਾਂ ਮੈਂ ਉਹ ਤਾਂ ਸੁਣਾਇਆ ਚਲੋ ਪੜੀ ਲਓ ਅਜਗਰ ਵੈਲੀ ਅਜਗਰ ਵੈਲੀ ਸਰਨ ਸੋਜਲਾ ਦੋ ਤੇ ਦਲਾਤੀ ਮਾਲੀ ਕਿਹਦੇ ਉੱਤੇ ਬੱਲੂ ਹਾਂਜੀ ਦੋਸਤੋ ਅਰਜਨ ਗੈਲੀ ਅਜਗਰ ਗੈਲੀ ਅਜਗਰ ਗੈਲੀ ਬੜਾ ਨਾਮ ਆਵੇ ਦੱਸਣ ਲੱਗਾ ਕਰਨ ਸੋਜਲਾ ਅਰਨ ਸੋਜਲਾ ਕਾਕਾ ਜੀ ਕਾਕਾ ਲੀਲੀ ਕਾਕਾ ਸੀ ਥੋਡਾ ਹਰਮਨ ਪਿਆਰਾ ਸੋਨਮ ਬਿਰਕ ਉਹ ਸੋਰੀ 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 ਉਹ ਅਮਲੀ ਬਿਰਕ ਅਮਲੀ ਬਿਰਕ ਅਸਲਾ ਅਸੀਂ ਕੋਲ ਰੱਖੀਦਾ ਸਿੰਘਾ ਬੋਲਦਾ ਭਾਉ ਓਏ ਨਾ ਰਿੰਗਾ ਬੋਲ ਬੰਦ ਕਰ ਦੇ ਹੋਮ ਮੇਡ ਕਿੱਥੇ ਆ ਹੋਮ ਮੇਡ ਹੋਮ ਮੇਡ ਕਿੱਥੇ ਆ ਹੋਮ ਮੇਡ ਖਾਂਦਾ ਨੀ ਮਿਸਤਰੀ ਆ ਤੂੰ ਖਾ ਲੈ ਖਾ ਲਾ ਫਿਰ ਕੀ ਸਮਿੰਟ ਪੜੀ ਲਾ ਪਿਆਰ ਨਾਲ ਪਿਆਰ ਨਾਲ
ਛੱਡ ਦੋ ਪਰਮਾਤਮਾ ਇੰਨੀ ਮਾੜੀ ਨਾ ਕਰੇ ਕੋਈ ਕਿਸੇ ਨਾਲ ਸੁੱਕੇ ਜਮਾ ਇੱਕ ਹੱਥ ਨੀ ਹੈਗਾ ਅਰਜਨ ਗੱਲੀ ਦਾ ਉਹ ਥੱਲੇ ਹੋਇਆ ਕਾਕਾ ਉਜਲਾ ਆਉਂਦਾ ਬੜਾ ਮਾੜਾ ਹਾਲ ਹੈ